ਡਾਂਗ ਇੱਕ ਦਿਨ ਕਿ ਦੋ ਦਿਨ ਵੀ ਕਲਾਸਾਂ ਕਿੰਨੀਆਂ ਲਈਆਂ ਸਾਡੇ ਟਾਈਮ ਨੂੰ ਪਤਾ ਹੁੰਦਾ ਸੀ ਟੀਚਰਸ ਨੂੰ ਸਰ ਜਦੋਂ ਅਸੀਂ ਬੰਕਰ ਮੱਕ ਮਾਰ ਕੇ ਮੂਵੀ ਦੇਖਣ ਨੂੰ ਮਾਲ ਘੁੰਮਣ ਤਾਂ ਗਏ ਸਭ ਕੁਝ ਪੂਰੀ ਐਸ਼ ਕੀਤੀ ਹਾਂਜੀ ਬੈਸਟ ਮਤਲਬ ਮੂਮੈਂਟ ਸੀਗੇ ਸਾਡੇ ਯੂਥ ਫੈਸਟੀਵਲ ਦੇ ਕਾਫੀ ਇੰਜੋਏ ਕੀਤਾ ਇਸੇ ਆਡੀਟੋਰੀਅਮ ਦੇ ਵਿੱਚ ਅਸੀਂ ਪ੍ਰੈਕਟਿਸ ਕਰਨੀ ਯਾਦਾਂ ਬਹੁਤ ਹੈ ਜੀ ਕਾਲਜ ਨਾਲ ਜੁੜੀਆਂ ਹਰ ਇੱਕ ਕੋਨੇ ਦੇ ਵਿੱਚ ਯਾਦਾਂ ਹੈਗੀਆਂ ਹੁਣ ਤਾਂ ਦੇਖੋ ਜੀ ਅਸੀਂ ਹਫਤੇ ਸਿਰਫ ਜਾਂਦੇ ਹੀ ਦੋ ਦਿਨ ਸੀ ਕਲਾਸ ਬੱਲੇ 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 ਆ ਦੋ ਦਿਨ ਬਾਕੀ ਦਿਨ ਮਿੰਤਾ ਸਰਦੀਆਂ ਅਟੈਂਡੈਂਸ ਪੂਰੀ ਕਰ ਦਿਓ ਠੀਕ ਹੈ ਜੀ ਨਹੀਂ ਮੈਂ ਤੇ 4 ਦਿਨ ਬੰਕਦੇ ਰਹਿੰਦਾ ਹੀ ਦੋ ਦਿਨ ਕਲਾਸਾਂ ਲਾਉਂਦਾ ਹੁੰਦਾ ਹੀ ਸੰਡੇ ਛੁੱਟੀ ਹੁੰਦੀ ਇਹਨੂੰ ਇਹਦੀ ਸਹੇਲੀ ਕੋਲ ਛੱਡਣ ਵੀ ਮੈਂ ਹੀ ਜਾਂਦਾ ਸੀਗਾ ਸਵੇਰੇ 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 ਪਹਿਲਾ ਲੈਕਚਰ ਬੰਦ ਕਰਕੇ ਸਹੇਲੀ ਨੂੰ ਘੁੰਮਣ ਜਾਂਦਾ ਸੀਗਾ ਛੱਡਣ ਮੈਂ ਜਾਂਦਾ ਹਰ ਸਾਲ ਅਸੀਂ ਐਲਮਨੀ ਮੀਟ ਕਰਾਉਂਦੇ ਆ ਜਿਹਨੂੰ ਅਸੀਂ ਨਾਮ ਦਿੱਤਾ ਹੈ ਕਨੈਕਸ਼ਨਸ ਤਾਂ ਇਸ ਵਾਰ ਦੀ ਜਿਹੜੀ ਇਵੈਂਟ ਹੈ ਉਹ ਹੈ ਕਨੈਕਸ਼ਨਸ 2023 ਇਸ ਕਾਲਜ ਦੀ ਮੈਂ ਟੀਚਰ ਵੀ ਹਾਂ ਇੱਥੇ ਮੈਂ ਲੈਕਚਰਾਰ ਹਾਂ ਅਤੇ ਇਸੇ ਕਾਲਜ ਦੀ ਮੈਂ ਸਟੂਡੈਂਟ ਰਹੀ ਹਾਂ 2001 ਤੋਂ 2003 ਦੇ ਟਾਈਮ 'ਤੇ ਮੈਂ ਐਮਕੌਮ ਇੱਥੋਂ ਹੀ ਕੀਤੀ ਹੈ ਲੁਧਿਆਣਾ ਦੇ ਮਸ਼ਹੂਰ ਕਮਲਾ ਲੋਟੀਆ ਸਤ ਧਰਮ ਕਾਲਜ ਵਿਖੇ ਕਨੈਕਸ਼ਨਸ 2023 ਜੀ ਹਾਂ ਇੱਕ ਰੀਯੂਨੀਅਨ ਇੱਕ ਮੀਟ ਹੋਣ ਜਾ ਰਹੀ ਹੈ ਚੌਥੇ ਲੂਮਨੀ ਮੀਟ ਹੈ ਜਿਸ ਵਿੱਚ ਅਲੱਗ ਅਲੱਗ ਬੈਚਿਸ ਦੇ ਜਿੰਨੇ ਵੀ ਵਿਦਿਆਰਥੀ ਨੇ ਮੁੰਡੇ ਕੁੜੀਆਂ ਇਕੱਤਰਿਤ ਹੋ ਕੇ ਅੱਜ ਇੱਕ ਦੂਜੇ ਨਾਲ ਰੂਬਰੂ ਹੋਣਗੇ ਅਤੇ ਫੰਕਸ਼ਨ ਦਾ ਆਨੰਦ ਮਾਣਨਗੇ ਜੀ ਹਾਂ ਗੱਲਬਾਤ ਕਰਦੇ ਹਾਂ ਇਸ ਸਾਰੇ ਪ੍ਰੋਗਰਾਮ ਨੂੰ ਆਰਗੇਨਾਈਜ਼ ਕਰਨ ਵਾਲੇ ਇੱਥੇ ਦੇ ਪੁਰਾਣੇ ਲੂਮਨੀ ਅਤੇ ਇੱਥੇ ਦੇ ਪ੍ਰੋਫੈਸਰ ਜਸਪ੍ਰੀਤ ਕੌਰ ਜੀ ਨਾਲ ਜਸਪ੍ਰੀਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਅੱਜ ਦੇ ਇਵੈਂਟ ਬਾਰੇ ਹਾਂਜੀ ਅੱਜ ਦਾ ਜਿਹੜਾ ਸਾਡਾ ਇਵੈਂਟ ਹੈ ਉਹ ਰੀਯੂਨੀਅਨ ਅਸੀਂ ਕਰਵਾ ਰਹੇ ਹਾਂ ਐਨੂਅਲ ਸਾਡਾ ਇਹ ਫੀਚਰ ਹੈ ਕਾਲਜ ਦਾ ਹਰ ਸਾਲ ਅਸੀਂ ਐਲਮਨੀ ਮੀਟ ਕਰਾਉਂਦੇ ਹਾਂ ਜਿਹਨੂੰ ਅਸੀਂ ਨਾਮ ਦਿੱਤਾ ਹੈ ਕਨੈਕਸ਼ਨਸ ਤਾਂ ਇਸ ਵਾਰ ਦੀ ਜਿਹੜੀ ਇਵੈਂਟ ਹੈ ਉਹ ਹੈ ਕਨੈਕਸ਼ਨਸ 2023 ਇਸ ਕਾਲਜ ਦੀ ਮੈਂ ਟੀਚਰ ਵੀ ਹਾਂ ਇੱਥੇ ਮੈਂ ਲੈਕਚਰਾਰ ਹਾਂ ਅਤੇ ਇਸੇ ਕਾਲਜ ਦੀ ਮੈਂ ਸਟੂਡੈਂਟ ਰਹੀ ਹਾਂ 2001 ਤੋਂ 2003 ਦੇ ਟਾਈਮ 'ਤੇ ਮੈਂ ਐਮਕੌਮ ਇੱਥੋਂ ਹੀ ਕੀਤੀ ਹੈ ਮੇਰਾ ਵੀ ਜਿਹੜਾ ਸਕਸੈਸ ਹੈ ਉਹ ਇਸ ਕਾਲਜ ਨੂੰ ਮੈਂ ਉਹ ਕਰਦੀ ਹਾਂ ਇੱਥੋਂ ਦੇ ਟੀਚਰਸ ਦੇ ਸਦਕਾ ਅੱਜ ਜੋ ਕੁਝ ਵੀ ਮੈਂ ਹਾਂ ਉਹ ਇਸ ਕਾਲਜ ਦੀ ਬਦੌਲਤ ਹਾਂ ਅਤੇ ਅੱਜ ਦੇ ਸਾਡੇ ਇਵੈਂਟ ਦੇ ਵਿੱਚ ਸ਼੍ਰੀ ਮਦਨ ਲਾਲ ਵੱਗਾ ਜੀ MLA ਲੁਧਿਆਣਾ ਨੌਰਥ ਉਹ ਚੀਫ ਗੈਸਟ ਰਹਿਣਗੇ 100 ਦੇ ਅਰਾਊਂਡ ਸਾਡੇ ਕੋਲ ਪੁਰਾਣੇ ਸਟੂਡੈਂਟਸ ਦੀਆਂ ਰਜਿਸਟ੍ਰੇਸ਼ਨਸ ਹੈ ਉਹਨਾਂ ਨਾਲ ਗੱਲਬਾਤ ਕਰਾਂਗੇ ਸਟੇਜ 'ਤੇ ਉਹ ਆਪਣੀਆਂ ਸਕਸੈਸ ਸਟੋਰੀਜ਼ ਜਿਹੜੀਆਂ ਉਹ ਸਾਡੇ ਨਾਲ ਸ਼ੇਅਰ ਕਰਨਗੇ ਕੁਝ ਪੁਰਾਣੇ ਬੱਚੇ ਜਿਹੜੇ ਨੇ ਉਹ ਕਲਚਰਲ ਆਈਟਮਸ ਵੀ ਪ੍ਰੈਜ਼ੈਂਟ ਕਰਨਗੇ ਤਾਂ ਫਨ ਮਸਤੀ ਫਰੋਲਿਕ ਅਤੇ ਆਪਣੇ ਕਾਲਜ ਦੇ ਨਾਲ ਇੱਕ ਐਸੋਸੀਏਸ਼ਨ ਆਪਣੀਆਂ ਮੈਮਰੀਜ਼ ਨੂੰ ਯਾਦ ਕਰਨਾ ਅੱਜ ਦੇ ਇਵੈਂਟ ਦਾ ਇਹੀ ਟਾਰਗੇਟ ਹੈ ਗੱਲਬਾਤ ਕਰਦੇ ਹਾਂ ਪੁਰਾਣੇ ਲੂਮਨੀਸ ਪੁਰਾਣੇ ਸਟੂਡੈਂਟਸ ਅਤੇ ਅੱਜ ਦੇ ਇੱਕ ਲੁਧਿਆਣੇ ਸ਼ਹਿਰ ਦੇ ਵਧੀਆ ਨਾਗਰਿਕ ਬਾਈ ਸਤਿ ਸ਼੍ਰੀ ਅਕਾਲ ਨਮਸਤੇ ਨਮਸਤੇ ਸਰ ਬਾਈ ਨਾਮ ਤੁਹਾਡਾ ਸੁਨੀਲ ਸ਼ਰਮਾ ਠੀਕ ਹੈ ਤੇ ਬਾਈ ਜੀ ਕਿਹੜਾ ਕੋਰਸ ਕੀਤਾ ਸੀ ਕਿਹੜੇ ਸਾਲ 'ਚ ਮੈਂ ਸਰ ਬੀਕੌਮ ਕੀਤੀ ਹੈ 2020 2000 'ਚ ਠੀਕ ਹੈ ਜੀ ਹਾਂਜੀ ਮੇਰਾ ਬ੍ਰਦਰ ਵੀ ਇੱਥੇ ਕਰਕੇ ਗਿਆ BBA ਅਤੇ ਇੱਥੇ ਪ੍ਰਿੰਸੀਪਲ BD ਬਦਰਾਜਾ ਹੀ ਹੁੰਦੇ ਸੀ ਬਹੁਤ ਨਾਈਸ ਪਰਸਨ ਸੀਗੇ ਅਤੇ ਬਾਕੀ ਟੀਚਰਸ ਤਾਂ ਸਾਰੇ ਇੱਥੇ ਬਹੁਤ ਵਧੀਆ ਇਸ ਕਾਲਜ ਬਹੁਤ ਵਧੀਆ ਹੈਗਾ ਇਹਦਾ ਹਾਂਜੀ ਤੇ BCOM ਕਰਕੇ ਫਿਰ ਕਮਰਸ ਕੁਛ ਅੱਗੇ ਕੀਤਾ ਕਿ ਕੰਮ ਕੋਮ ਨਹੀਂ ਸਰ ਮੈਂ ਆਪਣੇ ਬਿਜ਼ਨਸ ਹੀ ਪੈ ਗਿਆ ਹਾਂਜੀ ਸਰ ਇਹ ਸਾਡੇ ਹੋਰ ਨਾਲ ਬਾਈ ਜੀ ਖੜੇ ਹੋਏ ਨੇ ਬਾਈ ਸਮਾਰਟ ਲੁੱਕ ਵਾਲੇ ਜੀ ਕਰਲੀ ਵਾਲ ਵਾਲੇ ਬਾਈ ਸਤਿ ਸ਼੍ਰੀ ਅਕਾਲ ਨਮਸਤੇ ਸਤਿ ਸ਼੍ਰੀ ਅਕਾਲ ਜੀ ਬਾਈ ਤੁਹਾਡਾ ਸ਼ੁਭ ਨਾਮ ਜੀ ਮੇਰਾ ਨਾਮ ਲਲਿਤ ਸੋਨੀ ਜੀ ਬਾਈ ਜੀ ਕਿਹੜੀ ਕੋਰਸ ਕੀਤੀ ਕਿਹੜੀ ਡਿਗਰੀ ਕਮਰਸ ਕੀਤੀ ਸੀ BCOM ਕਿਹੜੇ ਸਾਲ 'ਚ 2020 'ਚ ਪਾਸ ਆਊਟ 2000 'ਚ ਪਾਸ ਆਊਟ ਕੀਤਾ ਠੀਕ ਹੈ ਇਹ ਵੀ ਪਹਿਲਾਂ 2020 ਕਹਿ ਕੇ ਫਿਰ 2000 ਤੱਕ ਤੁਸੀਂ 2020 ਕਹਿ ਕੇ ਇੱਕ ਨਹੀਂ ਇਹ 20 ਸਾਲ ਦੁਬਾਰਾ ਜਵਾਨ ਹੋਣਾ ਹੋ ਹੀ ਗਏ ਜੀ ਹੁਣ ਦੁਬਾਰਾ ਜਵਾਨ ਹੋ ਹੀ ਗਏ ਕਾਲਜ ਆ ਕੇ ਐਂ ਲੱਗ ਰਿਹਾ ਕਿ ਅਸੀਂ 20 ਸਾਲ ਪਹਿਲਾਂ ਹੀ ਆ ਅਸੀਂ ਐਡਮਿਸ਼ਨ ਲਿੱਤੀ ਅੱਜ ਸਾਨੂੰ ਇਹ ਨਹੀਂ ਮਹਿਸੂਸ ਹੋ ਰਿਹਾ ਕਿ ਅਸੀਂ ਇੱਥੇ ਹਲਮ ਨਹੀਂ ਆ ਸਾਨੂੰ ਐਂ ਲੱਗ ਰਿਹਾ ਯਾਰ ਅਸੀਂ ਐਡਮਿਸ਼ਨ ਲਿੱਤੀ ਦੇਖੀਏ ਕੀ ਹੈ ਕੀ ਹੈ ਉਹ ਮਜ਼ਾ ਜਿਹੜਾ ਉਹ ਹੁਣ ਅਸੀਂ ਸਹੀ ਮਿੱਚੀ ਕਹਿ ਲਓ ਵੀ 2020 'ਚ ਹੀ ਪਾਸ ਆਊਟ ਹੋਏ ਠੀਕ ਹੈ ਠੀਕ ਹੈ ਕੁਝ ਯਾਦਾਂ ਪੁਰਾਣੀਆਂ ਬਾਈ ਸਰ ਬਣੀ ਯਾਦਾਂ ਹੋ ਜਾਣ ਕੁਝ ਨਹੀਂ ਅੱਜ ਵੀ ਆਪਣੇ ਪ੍ਰੋਫੈਸਰ ਮਿਲ ਕੇ ਐਂ ਲੱਗਦਾ ਕਿ ਬਿਲਕੁਲ ਵਧੀਆ ਫੀਲਿੰਗ ਜੀ ਆ ਰਹੀ ਹੈ ਸਰ ਬੱਚੇ ਵਾਲੀ ਫੀਲ ਆਉਂਦੀ ਹੈ ਅੱਜ ਵੀ ਬੱਚੇ ਆ ਬਿਲਕੁਲ ਜੀ ਸਾਡੇ ਮੂੰਹੋਂ ਕਹਿ ਲੋ ਰੱਬ ਹੀ ਕੋ ਆ ਰਿਹਾ ਵੀ 2020 'ਚ ਅਸੀਂ ਪਾਸ ਆਊਟ ਹੈ ਤੇ ਇਹ 3 ਸਾਲ ਪਹਿਲਾਂ ਹੀ ਅਸੀਂ ਪਾਸ ਆਊਟ ਹੋਏ ਆ ਜਦ ਕਿ ਸਾਨੂੰ ਪਾਸ ਆਊਟ ਹੋਏ ਨੇ 23 ਸਾਲ ਹੋ ਗਏ ਕਈਆਂ ਦੇ ਤਾਂ ਨਿਆਣੇ ਅੱਗੇ BCOM ਕਰਕੇ ਹੋਏ ਆ ਸਹੀ ਹੈ ਬਾਈ ਕੁਝ ਖੱਟੀਆਂ ਮਿੱਠੀਆਂ ਯਾਦਾਂ ਹੁਣ ਉਸ ਟਾਈਮ ਦੀਆਂ ਯਾਦਾਂ ਬਹੁਤ ਹੈ ਜੀ ਕਾਲਜ ਨਾਲ ਜੁੜੀਆਂ ਹਰ ਇੱਕ ਕੋਨੇ ਦੇ ਵਿੱਚ ਯਾਦਾਂ ਹੈਗੀਆਂ ਹੁਣ ਤਾਂ ਇੱਧਰ ਬੈਠੇ ਫਿਰ ਉਹ ਯਾਦਾਂ ਨਾਲ ਯਾਦਾਂ ਨਹੀਂ ਰੂਬਰੂ ਹੋ ਰਹੇ ਹਾਂ ਬੰਕ ਕਿੰਨੇ ਮਾਰੇ ਸੱਚ ਬੋਲਣਾ ਵੀ ਹਫਤੇ 'ਚ ਛੁੱਟੀ ਫਿਰ ਲੋ ਕਿੰਨੀ ਦਿਨ ਮਾਰੀ ਹੈ ਦੇਖੋ ਜੀ ਅਸੀਂ ਹਫਤੇ 'ਚ ਸਿਰਫ ਜਾਂਦੇ ਹੀ 2 ਦਿਨ ਸੀ ਕਲਾਸ ਬੱਲੇ ਆ 2 ਦਿਨ ਬਾਕੀ ਦਿਨ ਮਿੰਤਾ ਸਰਦੀਆਂ ਅਟੈਂਡੈਂਸ ਪੂਰੀ ਕਰ ਦਿਓ ਬਾਕੀ ਸ਼ਨੀ ਐਤਵਾਰ ਐਸ਼ ਹੈ ਉਹ ਤਾਂ ਬਿਲਕੁਲ ਜੀ ਬਿਲਕੁਲ ਤੇ ਮੂਵੀ ਮਾਵੇ ਦੇਖਿਓ ਉਸ ਟਾਈਮ ਪੂਰੀਆਂ ਜੀ ਪੂਰੀਆਂ ਕਿਹੜੇ ਕਿਹੜੇ ਸਿਨੇਮੇ 'ਚੋਂ ਜਾਂਦੇ 2000 ਸਾਨੂੰ 2000 ਦੀ ਗੱਲਾਂ ਨੇ ਕਿਹੜੇ ਕਿਹੜੇ ਸਿਨੇਮੇ 'ਚ ਕਿਹੜੀ ਮੂਵੀਆਂ ਦੇਖੀਆਂ ਮਾੜਾ ਮੋਟਾ ਹੋ ਜੀ ਦੇਖੋ ਜੀ ਹੁਣ ਫਿਲਮਾਂ ਤਾਂ ਐਦਾਂ ਯਾਦ ਨਹੀਂ ਪਰ ਸਿਨੇਮੇ ਯਾਦ ਹੈ ਸਿਨੇਮੇ ਕਿਹੜੇ ਮਲਹਾਰ ਆਰਤੀ ਓਰੀਐਂਟ ਨਵਾਂ ਨਵਾਂ ਖੁੱਲਿਆ ਸੀ ਉਸ ਟਾਈਮ ਓਰੀਐਂਟ ਸਿਨੇਮਾ ਸ਼ਿੰਗਾਰ ਇਹ ਤਾਂ ਦਿਲ ਤੋਂ ਪਾਗਲ ਹੈ ਮੈਂ ਦੇਖ ਕੇ ਆਇਆ ਸੀ ਇਹ ਮੈਨੂੰ ਯਾਦ ਹੈ ਦਿਲ ਤੋਂ ਪਾਗਲ ਹੈ ਉਸ ਟਾਈਮ ਰਿਲੀਜ਼ ਹੋਈ ਸੀ ਉਹ ਮਲਹਾਰ ਰੋਡ ਤੇ ਹਾਂ ਮਲਹਾਰ ਸਿਨੇਮਾ ਹੁੰਦਾ ਸੀ ਮਲਹਾਰ ਵੀ ਸ਼ਿੰਗਾਰ ਦੀ ਵੀ ਆਰਤੀ ਵੀ ਸੀ ਹਾਂਜੀ ਹਾਂਜੀ
ਤੋਂ ਪਾਗਲ ਆਈ ਹੈ ਅਸੀਂ ਸੀਗੇ ਚੰਡੀਗੜ੍ਹ ਜੀ ਯੂਨੀਵਰਸਿਟੀ ਗਏ ਸੀਗੇ ਘੁੰਮਣ ਆਪਾਂ ਤੇ ਉੱਤੇ ਵੀ ਪਿਕਾ ਪੰਜਾਬ ਯੂਨੀਵਰਸਿਟੀ ਸੈਕਟਰ 14 ਵਾਲੀ ਹਾਂਜੀ ਹਾਂਜੀ ਫਿਰ ਉੱਤੇ ਦੇਖੀ ਪਿਕਾਡਲੀ ਦੇ ਵਿੱਚ ਅਸੀਂ ਦਿਲ ਤੋਂ ਪਾਗਲ ਹੈ ਕਾਲੇ ਵੀ ਪੰਜਾਬ ਯੂਨੀਵਰਸਿਟੀ ਐਫੀਲੇਟਡ ਕਾਲਜ ਹੈ ਇਹ ਬਾਈ ਜੀ ਹੋਰ ਜੇ ਆਪਾਂ ਯਾਦਾਂ ਦੀ ਗੱਲ ਕਰੀਏ ਹੋਰ ਇਸ ਕਾਲੇ ਯਾਦਾਂ ਕੀ ਜੁੜੀਆਂ ਹੋਈਆਂ ਤੁਹਾਡੀਆਂ ਸਰ ਕਾਲਜ ਤੋਂ ਯਾਦਾਂ ਜੀ ਐਦਾਂ ਦੀਆਂ ਨੇ ਸਾਡੀਆਂ ਕਿ ਕਲਾਸ ਦੇ ਵਿੱਚ ਸਭ ਨੂੰ ਲਾਸਟ ਤੇ ਜਾਣਾ ਜਿਵੇਂ ਕਹਿੰਦੇ ਬੈਕ ਬੈਂਚਰਸ ਬੈਕ ਬੈਂਚਰਸ ਬਿਲਕੁਲ ਜੀ ਪੂਰੀ ਕਲਾਸ ਇਵਨ ਕਿ ਅਗਰ ਖਾਲੀ ਵੀ ਹੁੰਦੀ ਸੀ ਕਿ ਪਰ ਸਾਡੀਆਂ ਪਿਛਲੇ ਲਾਸਟ ਦੋ ਬੈਂਚ ਉਹ ਸਾਡੇ ਹੀ ਨੇ ਜੀ ਕਿ ਆਵਾਜ਼ਾਂ ਵੀ ਕੱਢੀਆਂ ਕੱਢੀਆਂ ਤਾਂ ਹੋੜੀ ਮਾੜੀ ਮੋਟੀ ਉਹ ਆ ਕੁਝ ਤਾਂ ਕਿਤਾ ਉਹ ਤਾਂ ਫਿਰ ਚੱਲਦਾ ਹੀ ਹੈ ਜੀ ਉਹ ਤਾਂ ਚੱਲਦਾ ਹੀ ਹੈ ਜੀ ਭਾਈ ਜੀ ਆਉਣ ਵਾਲੀ ਨੌਜਵਾਨ ਪੀੜ੍ਹੀ ਨੂੰ ਸੁਨੇਹਾ ਪੜ੍ਹਾਈ ਵਾਸਤੇ ਕੋਈ ਸੁਨੇਹਾ ਇਹ ਹੈ ਜੀ ਕਿ ਜ਼ਿੰਦਗੀ ਦੇ ਵਿੱਚ ਇਹ ਕੇਮ ਜ਼ਰੂਰ ਰੱਖਿਓ ਕਿ ਕਾਲਜ ਜ਼ਰੂਰ ਜਾਇਓ ਲਾਈਫ 'ਚ ਸਾਡੇ ਮੇਰੇ ਫਾਦਰ ਸਾਹਿਬ ਕਹਿੰਦੇ ਆ ਨੋ ਨੌਲੇਜ ਵਿਦਆਊਟ ਕਾਲਜ ਔਰ ਉਹ ਬਿਲਕੁਲ ਸਹੀ ਕਹਿੰਦੇ ਆ ਮੈਂ ਇਸ ਚੀਜ਼ ਨੂੰ ਐਗਰੀ ਕਰਦਾ ਅਤੇ ਹਰ ਇੱਕ ਬੱਚੇ ਨੂੰ ਮੈਂ ਇਹ ਕਹਿੰਦਾ ਪੜ੍ਹਾਈ ਤੁਹਾਡੀ ਜ਼ਿੰਦਗੀ ਬਦਲ ਦਿੰਦੀ ਹੈ ਤੁਹਾਡੇ ਸੋਚਣ ਦਾ ਨਜ਼ਰੀਆ ਬਦਲ ਜਾਂਦੀ ਹੈ ਤੁਹਾਡੀ ਏਮ ਬਦਲ ਦਿੰਦੀ ਹੈ ਗੋਲ ਬਦਲ ਦਿੰਦੀ ਹੈ ਅਤੇ ਜ਼ਰੂਰ ਥਿਊਰੀ ਪ੍ਰੈਕਟੀਕਲ ਹਰ ਚੀਜ਼ ਜ਼ਰੂਰੀ ਹੈ ਜ਼ਰੂਰੀ ਹੈ ਦੇਖੋ ਪੜ੍ਹਾਈ ਜਿਹੜੀ ਤੁਸੀਂ ਪੜ੍ਹਦੇ ਹੋ ਜਿਹੜੀਆਂ ਕਿਤਾਬਾਂ ਉਹ ਤਾਂ ਚਲੋ ਜ਼ਿੰਦਗੀ 'ਚ ਕੰਮ ਨਹੀਂ ਆਉਂਦੀਆਂ ਪਰ ਜਿਹੜਾ ਕਾਲਜ ਦਾ ਐਕਸਪੀਰੀਅੰਸ ਤੁਹਾਨੂੰ ਲਾਈਫ 'ਚ ਪ੍ਰੈਕਟੀਕਲ ਲਾਈਫ ਹੈ ਉਹ ਤੁਹਾਨੂੰ ਸਾਰੀ ਜ਼ਿੰਦਗੀ ਕੰਮ ਆਏਗੀ ਔਰ ਤੁਸੀਂ ਮੈਂ ਕਹਿੰਦਾ ਮਿਸ ਵੀ ਕਰੋਗੇ ਅਤੇ ਇੰਜੋਏ ਵੀ ਕਰੋਗੇ ਗੱਲਬਾਤ ਕਰਦੇ ਹਾਂ ਕਾਲਜ ਦੀ ਪੁਰਾਣੀਆਂ ਪਾਸ ਹੋ ਚੁੱਕੀਆਂ ਪਿਆਰੀ ਬੱਚਿਆਂ ਨਾਲ ਨਮਸਕਾਰ ਜੀ ਨਮਸਕਾਰ ਸਰ ਤੁਹਾਡਾ ਨਾਮ ਜਸਨੀਤ ਕੌਰ ਠੀਕ ਹੈ ਤੁਸੀਂ ਕਿਹੜੇ ਸਨ 'ਚ ਪਾਸ ਆਊਟ ਹੋਏ ਅਤੇ ਕਿਹੜਾ ਕੋਰਸ ਕੀਤਾ ਸੀ ਸਰ ਮੈਂ 2020 'ਚ ਆਪਣਾ ਕੋਰਸ ਪਾਸ ਆਊਟ ਕੀਤਾ ਬੀਕੌਮ ਕੋਰਸ ਸੀਗਾ ਮੇਰਾ ਅਤੇ ਬਹੁਤ ਵਧੀਆ ਲੱਗਿਆ ਮਤਲਬ ਬਹੁਤ ਵਧੀਆ ਸੀਗਾ ਕਾਲਜ ਟੀਚਰਸ ਨਾਲ ਇੰਨਾ ਵਧੀਆ ਬੌਂਡ ਬਣ ਗਿਆ ਸਾਡਾ ਕਿ ਮਤਲਬ ਇਹਨਾਂ ਨੇ ਮਤਲਬ ਹਰੇਕ ਗੱਲ 'ਚ ਹਰੇਕ ਪ੍ਰੋਬਲਮ 'ਚ ਉਹਨਾਂ ਨੇ ਮੋਟੀਵੇਟ ਕੀਤਾ ਸਪੋਰਟ ਕੀਤਾ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਉਣ ਦਿੱਤੀ ਬਹੁਤ ਵਧੀਆ ਵਧੀਆ ਐਜੂਕੇਸ਼ਨ ਹੈ ਠੀਕ ਹੈ ਜੀ ਕਲਾਸਾਂ 'ਚ ਬੰਕ ਕਿੰਨੇ ਕੁ ਮਾਰੇ ਹਫ਼ਤੇ ਦੇ ਵਿੱਚ ਛੁੱਟੀ ਕਿਹੜੇ ਕਿਹੜੇ ਦਿਨ ਕੀਤੇ ਸੀ ਇੱਕ ਦਿਨ ਕਿ ਦੋ ਦਿਨ ਸਾਡਾ ਟਾਈਮ ਟੇਬਲ ਪਤਾ ਹੁੰਦਾ ਸੀ ਟੀਚਰਸ ਨੂੰ ਸਰ ਜਦੋਂ ਅਸੀਂ ਬੰਕ ਕਰਨਾ ਬੰਕ ਮਾਰ ਕੇ ਮੂਵੀ ਦੇਖਣ ਮਾਲ ਘੁੰਮਣ ਤਾਂ ਗਏ ਹੋਵੋਗੇ ਸਭ ਕੁਝ ਪੂਰੀ ਐਸ਼ ਕੀਤੀ ਹੈ ਹਾਂਜੀ ਤੁਹਾਡਾ ਨਾਮ ਜੀ ਸ਼ਿਵਾਨੀ ਠੀਕ ਹੈ ਤੁਸੀਂ ਕਿਹੜਾ ਕੋਰਸ ਹੈ ਕਿਹੜੇ ਸਨ ਪਾਸ ਆਊਟ ਮੈਂ 2020 'ਚ ਪਾਸ ਆਊਟ ਕੀਤਾ ਬੀਕੌਮ ਦਾ ਕੋਰਸ ਸੀ ਮੇਰਾ ਹਾਂਜੀ ਠੀਕ ਹੈ ਤੇ ਤੁਸੀਂ ਕੀ ਕੀ ਮਸਤੀਆਂ ਕੀਤੀਆਂ ਕਾਲਜ ਬਣਾਓ ਦੱਸੋ ਸਰ ਕਾਫੀ ਮਸਤੀਆਂ ਕੀਤੀਆਂ ਇੱਥੇ ਕਾਲਜ ਦੇ ਵਿੱਚ ਸਾਡਾ ਬੰਕ ਦਾ ਟਾਈਮ ਟੇਬਲ ਬਣਿਆ ਹੁੰਦਾ ਸੀ ਤੇ ਉਹ ਵੀ ਅਸੀਂ ਟੀਚਰਸ ਨੂੰ ਦਿੱਤਾ ਹੋਇਆ ਸੀ ਵੀ ਅਸੀਂ ਇਸ ਦਿਨ ਲੈਕਚਰ ਲਗਾਉਣਾ ਤੇ ਇਸ ਦਿਨ ਅਸੀਂ ਬੰਕ ਤੇ ਆ ਹਾਂਜੀ ਹਾਂਜੀ ਬਿਲਕੁਲ ਤੇ ਬੰਕ ਮਾਰ ਕੇ ਖਾਣ ਪੀਣ ਮੂਵੀ ਦੇਖਣ ਕਿ ਮਾਲ 'ਚ ਘੁੰਮਣ ਸ਼ਾਪਿੰਗ ਕਰਨ ਇਹ ਵੀ ਸਾਡਾ ਡਿਸਾਈਡਡ ਹੁੰਦਾ ਸੀਗਾ ਕਿਸ ਦਿਨ ਅਸੀਂ ਖਾਣ ਪੀਣ ਜਾਣਾ ਤੇ ਕਿਸ ਦਿਨ ਅਸੀਂ ਮੂਵੀ ਦੇਖਣ ਜਾਣਾ ਮੂਡ ਤੇ ਇਹ ਡਿਸਾਈਡਡ ਸੀਗਾ ਵੀ ਖਾਣਾ ਪੀਣਾ ਮੂਵੀ ਘੁੰਮਣਾ ਫਿਰ ਨਿੱਦਰ ਦਿਨ ਹੈ ਸੋ ਓਵਰਆਲ ਜੇ ਆਪਾਂ ਗੱਲਬਾਤ ਕਰੀਏ ਤਾਂ ਕਾਲਜ ਦੀ ਯਾਦ ਕਿੰਨੀ ਆਉਂਦੀ ਬਹੁਤ ਜ਼ਿਆਦਾ ਬੈਸਟ ਮਤਲਬ ਮੂਮੈਂਟ ਸੀਗੇ ਸਾਡੇ ਯੂਥ ਫੈਸਟੀਵਲ ਦੇ ਕਾਫੀ ਇੰਜੋਏ ਕੀਤਾ ਇਸੀ ਆਡੀਟੋਰੀਅਮ ਦੇ ਵਿੱਚ ਅਸੀਂ ਪ੍ਰੈਕਟਿਸ ਕਰਨੀ ਕਾਫੀ ਮਤਲਬ ਪਾਰਟਿਸਿਪੇਟ ਵੀ ਕਰਦੇ ਸੀ ਆਪ ਕਿ ਕਿਹੜੇ ਕਿਹੜੇ ਲਾਈਕ ਕਰਦੇ ਸੀ ਡਾਂਸ ਕਰਦੇ ਸੀ ਕਿੱਦਾਂ ਕਰਦੇ ਸੀ ਕੀ ਕਰਦੇ ਸੀ ਅਸੀਂ ਥੀਏਟਰ ਦੇ ਵਿੱਚ ਸੀਗੇ ਹਾਂਜੀ ਥੀਏਟਰ ਦੇ ਵਿੱਚ ਮਾਈਮ ਦੇ ਵਿੱਚ ਵੀ ਮਤਲਬ ਪਾਰਟਿਸਿਪੇਟ ਕੀਤਾ ਹੋਇਆ ਤੇ ਕੀ ਕਹਿੰਦੇ ਆ ਆਪਣੇ ਪਲੇ ਦੇ ਵਿੱਚ ਕਦੀ ਪ੍ਰਾਈਜ਼ ਕਦੀ ਬੈਕ ਕੀਤੇ ਹਾਂਜੀ ਬਿਲਕੁਲ ਮਾਈਮ ਦੇ ਵਿੱਚ ਮੇਰਾ ਸੈਕਿੰਡ ਇੰਡੀਵਿਜੁਅਲ ਪ੍ਰਾਈਜ਼ ਵੀ ਆਇਆ ਸੀ ਤੇ ਟੀਮ ਦਾ ਵੀ ਪੂਰਾ ਆਇਆ ਸੀ ਕਾਲਜ ਦਾ ਵੀ ਤੇ ਪਲੇ ਦੇ ਵਿੱਚ ਵੀ ਆਇਆ ਸੀ ਸਾਰਾ ਹਾਂਜੀ ਤੁਸੀਂ ਵੀ ਪਾਰਟਿਸਿਪੇਟ ਕੀਤਾ ਕਿ ਸਿਰਫ ਬਹਿ ਕੇ ਦੇਖਦੇ ਸੀਗੇ ਨਹੀਂ ਨਹੀਂ ਪਾਰਟਿਸਿਪੇਟ ਜ਼ਰੂਰ ਕੀਤਾ ਤੀਜ ਦਾ ਫੈਸਟੀਵਲ ਹੁੰਦਾ ਤੀਆਂ ਦਾ ਤਿਉਹਾਰ ਮਨਾਉਂਦੇ ਸੀ ਤੇ ਮਤਲਬ ਉਹਦੇ ਪ੍ਰਾਈਜ਼ ਮਿਲਦੇ ਸੀ ਸਾਨੂੰ ਬਹੁਤ ਇੰਜੋਏ ਕੀਤੇ ਮੈਂ ਟੀਚਰਸ ਜਸਪ੍ਰੀਤ ਮੈਮ ਸੀਗੇ ਹੁਣ ਵੀ ਹੈਗੇ ਮੈਨ ਕਾਲਜ ਦੇ ਵਿੱਚ ਬਹੁਤ ਉਹਨਾਂ ਨੇ ਸਪੋਰਟ ਕੀਤਾ ਮਤਲਬ ਕਾਲਜ ਦੇ ਦਿਨ ਬਹੁਤ ਯਾਦ ਆਉਂਦੇ ਆ ਮੈਮਰੀਜ਼ ਕਹਿੰਦੇ ਆ ਨਾ ਨੋ ਨੌਲੇਜ ਵਿਦਆਊਟ ਕਾਲਜ ਸੱਚੀ ਇਹ ਗੱਲ ਹੈਗੀ ਜਦ ਤੱਕ ਕਾਲਜ ਨਾ ਸਾਵੇ ਬੰਦਾ ਨੌਲੇਜ ਨਹੀਂ ਮਿਲ ਸਕਦੀ ਬੰਦੇ ਜੇ ਮੰਨ ਲਓ ਕੱਲ ਨੂੰ ਵਿਆਹ ਸ਼ਾਦੀ ਹੁੰਦੀ ਨੇ ਬੱਚੇ ਵੀ ਇੱਥੇ ਪੜਾਉਂਗੇ ਨਹੀਂ ਨਹੀਂ ਫਿਰ ਤਾਂ ਕਾਫੀ ਓਪਰਚੁਨਿਟੀਜ਼ ਨਵੀਆਂ ਆ ਜਾਣਗੀਆਂ ਸਰ ਪਤਾ ਨਹੀਂ ਨਾ ਹੁਣ ਵਿਆਹ ਤੋਂ ਬਾਅਦ ਕਿੱਥੇ ਜਾਣਾ ਹੈ ਕਿੱਥੇ ਨਹੀਂ ਜਾਣਾ ਹੁਣ ਜੇ ਤਾਂ ਇੱਥੇ ਹੀ ਹੋਏ ਫਿਰ ਤਾਂ ਵਧੀਆ ਹੈ ਹੋ ਸਕਦੇ ਹਾਂ ਹਾਂਜੀ ਬਿਲਕੁਲ ਬਿਲਕੁਲ ਗੱਲਬਾਤ ਕਰਦੇ ਆ ਨੌਜਵਾਨ ਵਿਦਿਆਰਥੀ ਨਾਲ ਬਾਈ ਜੀ ਕਿਹੜਾ ਕੋਰਸ ਕੀਤਾ ਇੱਥੇ ਮੈਂ ਜੀ ਬੀਕੌਮ ਕੀਤੀ ਇੱਥੋਂ ਕਿਹੜੇ ਸਾਲ ਚ ਪਾਸ ਆਊਟ ਤੇ ਕਿਹੜੇ ਸਾਲ ਚ 2020 ਤਿੰਨ ਸਾਲ ਹੋ ਗਏ ਹਾਂਜੀ ਹਾਂਜੀ ਓਵਰਆਲ ਐਕਸਪੀਰੀਅੰਸ ਕਿਵੇਂ ਦਾ ਰਿਹਾ ਮਾਰਕੀਟ ਦਾ ਕੇ ਇਹਨਾਂ ਦਾ ਕਾਲਜ ਦਾ ਮਾਰਕੀਟ ਦਾ ਵੀ ਕਾਲਜ ਦਾ ਵੀ ਨਹੀਂ ਕਾਲਜ ਤਾਂ ਆਪਾਂ ਬਹੁਤ ਹਾਸੀਆਂ ਘੇੜੀਆਂ ਕੀਤੀਆਂ ਜੀ ਮੈਂ ਆ ਪੂਰਾ ਆਇਆ ਬਾਅਦ ਚ ਪਤਾ ਲੱਗਿਆ ਲਾਈਫ ਕੁਝ ਹੋਰ ਹੀ ਤਰੀਕੇ ਦੀ ਸੀਗੀ ਇਹ ਕੁਝ ਹੋਰ ਦੱਸਦੇ ਸੀਗੇ ਜੀ ਯਾਨੀ ਥਿਊਰੀ ਤੇ ਪ੍ਰੈਕਟੀਕਲ ਦਾ ਫਰਕ ਸੀ ਮੈਂ ਕਹਿੰਦਾ ਇਹਨਾਂ ਦੀ ਥਿਓਰੀਟੀਕਲ ਕੰਮ ਹੋਰ ਸੀ ਪ੍ਰੈਕਟੀਕਲ ਕੁਝ ਹੋਰ ਸੀਗਾ ਜੀ ਮੈਂ ਆ ਬੜਾ ਆ ਰਿਹਾ ਪਰ ਜ਼ਿੰਦਗੀ ਲਾਈਫ ਚ ਕੁਝ ਵੀ ਅਪਲਾਈ ਨਹੀਂ ਹੋ ਰਿਹਾ ਬਾਜੀ ਓਵਰ ਐਕਸਪੀਰੀਅੰਸ ਕਿਵੇਂ ਦਾ ਰਿਹਾ ਬੰਕ ਹਫਤੇ ਚ ਕਿੰਨੇ ਦਿਨ ਸੱਚ ਬੋਲ ਲੈ ਨਹੀਂ ਮੈਂ ਤਾਂ 4 ਦਿਨ ਬੰਕ ਤੇ ਰਹਿੰਦਾ ਜੀ 2 ਦਿਨ ਕਲਾਸਾਂ ਲਾਉਂਦਾ ਹੁੰਦਾ ਜੀ ਬਾਕੀ ਸੰਡੇ ਛੁੱਟੀ ਹੁੰਦੀ ਇਹਨੂੰ ਇਹਦੀ ਸਹੇਲੀ ਕੋਲ ਛੱਡਣ ਵੀ ਮੈਂ ਹੀ ਜਾਂਦਾ ਸੀਗਾ ਸਵੇਰੇ 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 ਪਹਿਲਾ ਲੈਕਚਰ ਬੰਕ ਕਰਕੇ ਸਹੇਲੀ ਨੂੰ ਘੁੰਮਣ ਜਾਂਦਾ ਸੀਗਾ ਛੱਡਣ ਮੈਂ ਜਾਂਦਾ ਸੀ ਨਹੀਂ ਨਹੀਂ ਸਹੇਲੀ ਆਪਾਂ ਰੱਖੀ ਦੀ ਇੱਕ ਅੱਧੀ ਥੋੜੀ ਹੁੰਦੀ ਹੈ ਜੀ 2-4 ਰੱਖੀ ਹੁੰਦੀ ਹੈ ਬਾਕੀ ਫੜ ਕੇ ਲਿਆਉਂਦੇ ਹੁੰਦੇ ਸੀ ਅਸੀਂ ਇਹਨੂੰ ਬਾਕੀ ਇੱਥੇ ਦਾ ਸਟਾਫ ਬਹੁਤ ਵਧੀਆ ਜੀ ਕੇਐਲਐਸਜੀ ਦਾ ਟੀਚਰਸ ਬਹੁਤ ਵਧੀਆ ਜੀ
बहुत खुशी महसूस हो रही है जी इस गल की, क्योंकि ये साढ़े ही बच्चे ने, साढ़े अंबैसडर ने, तो बहुत खुशी होंगी जो इन्हों अपने घर असी आया देखते हैं। इदा लगता है कि ये अपने घर ही फेरा पा आए हैं, तो इन्होंने नाल इस मंतव इस जरा रीयूनियन का है या एलमिना मीट का यह भी है कि ये अपनी संस्था के नाल एलमा मैटर के नाल जुड़े रहन, तो बाकी बच्चे जोड़े हजे पढ़ रहे हैं जूनियर ने वो इन्हों तो मैसेज लैन कि किस तरीके जिंदगी अगे बढ़ी रहा है, तो वो जी बाउंडिंग है वो असं हमेशा इन्हों कायम रखना चाहते हैं ताकि ये अपने बड़ियां नू, अपने टीचर्स नू, अपने संस्कारां नू भुल ना सकन कदी। सो गलबात करते हैं पुराने लुमिनी स्टूडेंट प्रेजिडेंट रहे ने भरदुआ जी, दुआ साहब किवें महसूस हो रहे हैं? सर बहुत अच्छा, मार्वलस, आउट ऑफ द वर्ल्ड। जिंदगी दे विच एक वो चीज़ होंगी, आप अक्सर बजुर्गों को सुनते होंगे सी भी जिहड़े पेड़ दी जड़ां मजबूत है वह बहुत ज़्यादा ग्रो करता है। बेसिकली जिदा धरती एनर्जी दिंदी है पेड़ नू, पेड़ ग्रो करता है, उस तरीके नाल कॉलेज असं दोबारा आने ना अभी एनर्जी लैन आने जिन्नी बेसिकली जब इनवर्टर की एग्जाम्पल दी है पहले वो चार्ज होता है, लोड पैन से वो लाइट देता है, उस तरीके इंस्टीट्यूशन होंगे है जो असं इतने होंगे असं पढ़ के जाने अगे जाके उ आप स्प्रेड करते हैं। प्रैक्टिकल लाइफ के आने तो बाद जो आप लगातार काम कर रहे होंगे एग्जॉस्ट होंगे तो मेरी एक रूटीन है, इवन मेरी वाइफ इस गल कहती है अज डाउन लग रहे हो कॉलेज जाओ, तो कॉलेज एक इदा इंस्टीट्यूशन, एक इंस्टीट्यूशन सारे एक इदा ही चीज़ होंगे है जो भी आप जाने आप उतो एनर्जी लैके आने, रीयूनाइट हो जाने तो रेजुविनेट हो गया बेसिकली एनर्जी का सोर्स है। तो आने वाली नवी पीढ़िया जो नवे स्कूल पास आउट कॉलेज चाहे उन्होंने मुंडे कुड़ियों को चंगा जहाँ स्नेहा मैसेज सर यही चीज़ है, एक इदा का रिलेशन है टीचर प्रोफेसर गुरु, एक इदा का रिलेशन है जितों आप मिलता ही मिलता वै, आप किसी रिश्तेदार करते हैं किसी रैलेटिव होंगे है हर जगह टू वे रिलेशन होंगे है, एक इदा का रिलेशन है आप स्टडी कर चुके हैं, मेरा 2004 का बैच सी उसके बावजूद हूँ तक असं तो लै ही रहे हैं, स्टडी खत्म किए मैं 20 साल हो गए हजे भी लै रहे हैं, तो यूथ नू यही है अपने आप नू ग्रो करना चाहते हो बिल्डअप करना चाहते हो गुरु नू पूछ लो, कहिंदे गुरु गोबिंद दो खड़े काके लागू पाए बलिहारी गुरु अपने जिन गोबिंद दियो मिलाए, गुरु नू पूछ लो गुरु को बहुत कुछ मिलता वा, एक इदा का रिलेशन। कई डिग्री की थी सर? मेरी बी कॉम भी इतने दी है, मेरी एम कॉम भी इतने दी है, मेरे एम फिल के जो गाइड होंगे वो भी इतने दे ही सी। थ्योरी लाइफ तो प्रैक्टिकल लाइफ बाद आ रही, की फर्क महसूस किया? सर सच्चाई बोलना जे थ्योरी इतों सीखी है प्रैक्टिकल भी इतों सीखा वा, 2022 तो बाद शायद कोई 6 महीने कोई 3 महीने नहीं बीते होने जो मैं कॉलेज ना आया हूँ, बींग प्रेजिडेंट बींग एलमनी प्रेजिडेंट पिछले 6 साल तो हाँ, जिस मैं पिछले टाइम की भी गल करा मैं उन्ना ही जुड़िया हुई हैं इस कॉलेज न जिन्ना पहले जुड़िया हुआ सी। प्रैक्टिकल लाइफ के बहुत कुछ सीखने मिलता है, वट टू डू वट नोट टू डू, बहुत सही मैनेजमेंट पढ़ाया जाता वै, राइट मैन एट राइट प्लेस, लेकिन उन्हें इंप्लीमेंट किदा करना है ये वाकई ही बाद चो जो टीचर्स नू मिलते हैं उदो पता चलता है कि उन्हें इंप्लीमेंट किदा करना। धन्यवाद थैंक यू सर। गलबात करते हैं एलुमनी जो पुराने पढ़े हुए हैं बाई जी को बैठे हैं, बाई जी नमस्कार सत श्री अकाल जी, बाई तुहाडा की नाम? मेरा नाम सौरभ धीरा जी। सौरभ साहब किहड़ी डिग्री की है, किहड़ा कोर्स, किहड़े साल पास आउट होए हो? मैं बी कॉम की है इतों की, तो मैं 2016 तो लैके 2019 तक इतने अपनी स्टडी जी कंप्लीट की है। बाई जी ओवरऑल एक्सपीरियंस किवें दे रहा इतने पढ़ने? एक्सपीरियंस बहुत वधिया रहा, एक्चुअली एक गल दसना चाहवागा कि इस कंडीशन तो पहला भी मैं इतने स्टडी कर रहा, तो करते करते मेरा एक्सीडेंट होया, तो उस तो बाद दोबारा मैं इतने स्टडी शुरू की कॉलेज के विच ही, तो उस तो बाद भी इस कॉलेज वाले की बहुत सपोर्ट रही, काफ़ी काम इतने वधिया रहा, काफ़ी मतलब वधिया लग्या। एक्सीडेंट होया सीगा मेरा, बाइक एक्सीडेंट होया सीगा। गलबात करते हैं कॉलेज के एलुमनी नाल, बाई जी सत्या सत श्रीकाल जी, की नाम तुहाडा? मेरा नाम अनमोल धीर है जी। बाई जी किहड़े साल दे विच किहड़ी पढ़ाई पूरी कीती सी? 2021 दे विच असीं बीकॉम कंप्लीट कीती सी जी। ओवरऑल एक्सपीरियंस किवें दा रिहा? एक्सपीरियंस साडा बहुत वधिया सी जी, सारे टीचरां दा नेचर बहुत कॉम्प्रोमाइज़ सीगा, असीं बहुत बंक भी कीते इत्थे, बंक मार के जांदे कित्थे कित्थे सी, इह तां जी ऑडिटोरियम दे बाहर ही बैठे रहिंदे सीगे जी, असीं तां ऑडिटोरियम दे बाहर बैठे सी, मॉलां च फिल्मां देखण खाण पीण नहीं गए? बिल्कुल गए जी, इह तां ना मन्ने ना मन्ने आपां तां बण गए जी, ਕਾਵੀ ਮਰੂ ਲੱਗੇ ਘਰ ਦੇ ਦੇਖ ਲਈ ਉਹਨਾਂ ਨੇ ਕਹਿੰਦਾ ਤੁਹਾਨੂੰ ਕਿੱਥੇ ਦੱਸ ਕੇ ਜਾਂਦਾ ਹੀਗਾ ਜੀ, ਬਹੁਤ ਇੰਜੋਏ ਕੀਤਾ ਜੀ। ਬਾਈ ਤੁਹਾਡਾ ਨਾਮ? ਉਮੰਗ ਜੀ। ਤੁਸੀਂ ਕਿਹੜੀ ਪੜ੍ਹਾਈ ਕੀਤੀ ਆ? ਮੈਂ ਜੀ ਬੀਕਾਮ ਹੀ ਕੀਤੀ ਹੈ। ਕਿਹੜੇ ਸਾਲ ਚ ਪਾਸ? 21 ਪਾਸ। ਹਾਂਜੀ ਜੀ ਕੱਟੇ ਯਾਰ। ਓਵਰਆਲ ਐਕਸਪੀਰੀਅੰਸ ਕਿਵੇਂ ਦਾ ਰਿਹਾ? ਬਹੁਤ ਵਧੀਆ ਰਿਹਾ, ਕਾਲਜ ਪੂਰਾ ਫਨ ਕੀਤਾ, ਠੀਕ ਹੈ ਵਿੱਚ ਕੋਵਿਡ ਏਅਰ ਆ ਗਿਆ ਉਹ ਥੋੜਾ ਜਿਹਾ ਨਿਰਾਸ਼ ਵੀ ਰਹੇ ਉਸ ਚੀਜ਼ ਤੋਂ, ਬਟ ਬਾਕੀ ਆਪਾਂ ਬਹੁਤ ਫਨ ਕੀਤਾ, ਅਸੀਂ ਇਹੀ ਬਾਹਰ ਬਹਿੰਦੇ ਹੁੰਦੇ ਸੀਗੇ ਸਰ ਪ੍ਰੋਫੈਸਰ ਰੋਜ਼ ਤੁਹਾਨੂੰ ਕਹਿਣਾ
ਤੁਸੀਂ ਉਹੀ ਹੋ ਨਾ ਜਿਹੜੇ ਬਾਹਰ ਵੇਂਦੇ ਸੀਗੇ ਅਸੀਂ ਕਹਿੰਦੇ ਆ ਅਸੀਂ ਉਹੀ ਆ ਪਰ ਬੋਕ ਆਪਾ बहुत अच्छे है बहुत कोऑपरेटिव है एज कंपेयर टू बाकी वाले सो साडा कॉलेज बेस्ट है हफ्ते विच बंक एक दिन के दो दिन ਗੁਰਲੀਨ ਕੌਰ ਹੋਰ ਨਾਲ ਚੱਲਦੇ ਹੋਰ ਪਿਆਰੀ ਜੀ ਬੇਟੀ ਖੜੀ ਆ ਸਤਿ ਸ਼੍ਰੀ ਅਕਾਲ ਰਵਲੀਨ ਰਵਲੀਨ ਗੁਰਲੀਨ ਤੇ ਤਾਂ ਰਵਲੀਨ ਤੇ ਰਵਲੀਨ ਜੀ ਤੁਸੀਂ ਆਪਣੇ ਬਾਰੇ ਦੱਸੋ ਕਿਹੜੀ ਪੜ੍ਹਾਈ ਕੀਤੀ ਕਿਹੜਾ ਕੋਰਸ ਮੈਂ ਐਮਕਾਮ ਕਰ ਰਹੀ ਹਾਂ ਬੀਕਾਮ ਵੀ ਐਮਕਾਮ ਹਾਂਜੀ ਓਵਰਆਲ ਐਕਸਪੀਰੀਅੰਸ ਕਿਵੇਂ ਦਾ ਰਿਹਾ ਬਹੁਤ ਬੈਸਟ ਸਾਰੇ ਸਟਾਫ ਬਹੁਤ ਕੋਆਪਰੇਟਿਵ ਹੈ ਬੈਸਟ ਟੀਚਰਸ ਨੇ ਹੈਲਪਫੁਲ ਨੇ ਕੋਆਰਡੀਨੇਟ ਕਰਦੇ ਆਪਸ ਵਿੱਚ ਬੈਸਟ ਐਕਸਪੀਰੀਅੰਸ ਬੰਕ ਮਾਰੇ ਬਿਲਕੁਲ ਮਾਰੇ ਖਾਣ ਪੀਣ ਨੇ ਮਾਰੇ ਖਾਣ ਪੀਣ ਮੂਵੀ ਕੇ ਮਾਲ ਸਾਰਾ ਸਾਰਾ ਕੁਝ ਸ਼ਾਪਿੰਗ ਵੀ ਖਾਣਾ ਪੀਣਾ ਵੀ ਫਿਲਮਾਂ ਵੀ ਬਿਲਕੁਲ ਸਾਡਾ ਕੁਝ ਤਿੰਨਾਂ ਦਾ ਹੀ ਹੈ ਤਿੰਨਾਂ ਦਾ ਹੀ ਹੈ ਇੱਕ ਹੋਰ ਬੜੀ ਪਿਆਰੀ ਬੇਟੀ ਖੜੀ ਹੈ ਸਤਿ ਸ਼੍ਰੀ ਅਕਾਲ ਨਮਸਤੇ ਨਮਸਤੇ ਤੁਹਾਡਾ ਨਾਮ ਅਲੀਸ਼ਾ 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 ਨਾਮ ਤਾਂ ਬੜਾ ਪਿਆਰਾ ਹੈ ਪੜ੍ਹਾਈ ਵੀ ਪਿਆਰੀ ਮੈਂ ਖੁਦ ਨਹੀਂ ਪਿਆਰੀ ਪੜ੍ਹਾਈ ਵੀ ਪਿਆਰੀ ਮੇਰੀ ਕਹਿ ਸਕਦੀ ਹਾਂ ਪਿਆਰੀ ਕੀਤੀ ਹੈ ਬੀਕਾਮ ਗ੍ਰੈਜੂਏਸ਼ਨ ਕਿਹੜੇ ਸਾਲ ਪਾਸ ਕੀਤੀ 2021 ਵਿੱਚ ਓਵਰਆਲ ਐਕਸਪੀਰੀਅੰਸ ਕਿਵੇਂ ਦਾ ਰਿਹਾ ਪੜ੍ਹਾਈ ਬਹੁਤ ਪਿਆਰ ਬਹੁਤ ਅੱਛਾ ਠੀਕ ਹੈ ਜਿਵੇਂ ਇਹ ਅੱਗੇ ਐਮਕਾਮ ਚ ਆ ਕੇ ਮਾਸਟਰ ਤੁਸੀਂ ਨਹੀਂ ਆਏ ਕਿਵੇਂ ਕਰਦੇ ਹੋ ਪੜ੍ਹਾਈ ਬਸ ਬਹੁਤ ਠੀਕ ਹੈ ਹੁਣ ਵਿਆਹ ਹੁੰਦੇ ਲੋਕ ਨਹੀਂ ਨਹੀਂ ਜੌਬ ਅਰੇ ਜੌਬ ਹੈ ਇਹ ਖੁਦ ਪੜ੍ਹਦੇ ਮੈਨੂੰ ਕਹਿੰਦੇ ਨੇ ਅੱਛਾ ਹੈ ਤਾਂ ਜੌਬ ਛੱਡਤੀ ਓਵਰਆਲ ਦਾ ਕਿਵੇਂ ਐਕਸਪੀਰੀਅੰਸ ਰਿਹਾ ਤੇ ਆਉਣ ਵਾਲੇ ਜਿਹੜੇ ਬੱਚੇ ਨੇ ਨਵੀਂ ਕੁੜੀਆਂ ਨੇ ਪਲੱਸ 2 ਬਾਅਦ ਕਾਲਜ ਆਣਗੀਆਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ यही है कि मतलब बहुत अच्छा एनवायरनमेंट भी अच्छा टीचर्स भी अच्छे ने बहुत ज़्यादा हेल्पफुल टीचर्स ने मतलब कोई अब वो नहीं है कि पार्शली वाली चीज़ कुछ नहीं हैगा मैं तो कहूँगी आओ तो इंजॉय करो पास इधर सब सो गलबात करते हैं कुछ विद्यार्थियों के नाल पुराने एलुमनस ना भाई जी की नाम तो आड़ा मेरा नाम गौरव है की डिग्री की इतने तो इतने मैं बैचलर ऑफ आर्ट्स की है किड़े इस पास आउट हुए आई पिछला ही लास्ट ईयर ही लास्ट ईयर ओवरऑल एक्सपीरियंस की मेरे पढ़ने का वो एक्सपीरियंस तो वधिया सीगा ते साडे टीचर्स ने ठीक है ओवरऑल बंक किन्ने मारे हफ्ते चो रोज क्लास साडा डेली हुंदा सी खाण पीन मूवी देखन के किते शॉपिंग मॉल जा डेली हुंदा सी मूवी तो हुंदी हुंदी सी हफ्ते बाद ही आपा कंटीन च बैठे रहना ते टाइम पास करना टाइम पास ही करना मेरा नाम अंजलि है ठीक है तुसी इथे केड़ा कोर्स कीता के डिग्री कीती मेरा ब्रदर ही है मैंने बैचलर ऑफ आर्ट्स कीती है इथे लास्ट ईयर ही कीती है ठीक है जी साडे भी बंक बहुत ज्यादा ही सीगे क्लासेस बहुत घट अटेंड कीती है मैम दी ज्यादा कीती है अटेंड पर बंक बहुत ज्यादा सी लास्ट ईयर सब तो ज्यादा बंक कीते है सी ते ज्यादा बंक मार के खान पीन मूवी देखण के वैसे घूमण फिर मूवी नहीं असि बाहर नहीं गए स्पेशली ए साडे नु मान बंक मार के अच्छे बच्चे कॉलेज ही रहे घर दा मान सी बाहर नहीं गए ठीक है जी बार बार इधर टीचर दी बड़ी तेज पूरी हो पर टीचर दे वाले चलदे आ हां जी टीचर जी तुहाडा नाम सर मेरा नेम नेहा कपूर है ते मैं लास्ट ईयर ज्वाइन कीता सी कमला लोटिया कॉलेज दे विच ते सर मेरा एक्सपीरियंस बहुत अच्छा रहा और मैं फर्स्ट टाइम इस कॉलेज दे विच एलुमनी मीट ज्वाइन कीती है सर ते फंक्शन देख रही हां स्टूडेंट्स आए हुए ने पुराने ते सर बहुत अच्छा जा रहा है ए मेरे स्टूडेंट्स ने दोनों गौरव और अंजलि जेडे मेरे इलेक्टिव इंग्लिश दे स्टूडेंट्स सीगे ते सर इन्हां नु मिलके मैनु बहुत अच्छा लग्या बहुत टाइम बाद मेनु स्टूडेंट्स मिले ते होर कॉलेज दी शान हुंदे ने जेडे कॉलेज दे एम्प्लॉईज हुंदे ने ओ एम्प्लॉईज ਤੇ ਬਗੈਰ ਕਾਲਜ ਦੀ ਟੌਰ ਨਹੀਂ ਬਣਦੀ ਗੱਲਬਾਤ ਕਰਦੇ ਨੇ ਪ੍ਰਾਈਸ ਦੇ ਨਾਲ ਨਮਸਕਾਰ ਜੀ ਨਮਸਤੇ ਸਰ ਕੀ ਨਾਮ ਤੁਹਾਡਾ ਸੀਮਾ ਜੀ ਕਿੰਨੇ ਸਾਲ ਹੋ ਗਏ ਇਸ ਕਾਲਜ ਕੰਮ ਕਰਦੇ ਸਰ 6 ਸਾਲ 6 ਸਾਲ ਹੋ ਗਏ 6 ਸਾਲਾਂ ਦੀ ਸੀਮਾ ਜੀ ਤੁਹਾਡਾ ਤਜਰਬਾ ਬੱਚਿਆਂ ਨੂੰ ਲੈ ਕੇ ਕਿਵੇਂ ਦਾ ਰਿਹਾ ਬਹੁਤ ਅੱਛਾ ਹੈ ਯਹਾਂ ਕੇ ਟੀਚਰ ਵੀ ਬਹੁਤ ਅੱਛੇ ਹਨ ਬੱਚੇ ਵੀ ਬਹੁਤ ਅੱਛੇ ਹਨ ਜ਼ਿਆਦਾਤਰ ਯਹਾਂ ਕੇ ਬੱਚੇ ਬਹੁਤ ਅੱਛੇ ਅੱਛੀ ਡਿਗਰੀ ਔਰ ਬਹੁਤ ਅੱਛੇ ਨੰਬਰੋਂ ਸੇ ਜ਼ਿਆਦਾ ਸ਼ਰਾਰਤੀ ਤਾਂ ਨਹੀਂ ਹੈ ਨਹੀਂ ਸਰ ਬੱਚੋਂ ਮੈਂ ਤਾਂ ਥੋੜੀ ਬਹੁਤ ਸ਼ਰਾਰਤ ਹੁੰਦੀ ਹੈ ਜ਼ਿਆਦਾ ਕਾਲਜ ਵਿੱਚ ਖਲਾਰਾ ਤਾਂ ਨਹੀਂ ਪਾਤੇ ਨਹੀਂ ਸਰ ਨਹੀਂ ਨਹੀਂ ਪਾਤੇ ਨਹੀਂ ਠੀਕ ਹੈ ਜੀ ਤੋਂ ਆਨੇ ਵਾਲੇ ਜੋ ਕੁਝ ਬੱਚੇ ਹੈ ਉਨ੍ਹਾਂ ਨੂੰ ਕੀ ਮੈਸੇਜ ਦੋਗੇ ਕਿ ਉਨ੍ਹਾਂ ਨੂੰ ਅੱਗੇ ਅੱਛਾ ਪੜ੍ਹਨਾ ਲਿਖਣਾ ਚਾਹੀਏ ਕੀ ਸੁਨੇਹਾ ਦੇਣਗੇ ਆ ਸਰ ਇਹੀ ਸੁਨੇਹਾ ਦੇਣਗੇ ਕਿ ਉਨ੍ਹਾਂ ਨੂੰ ਪੜ੍ਹ ਕੇ ਲਿਖ ਕੇ ਅੱਛੀ ਤਰੱਕੀ ਕਰਨਾ ਚਾਹੀਏ ਮਾਂ ਬਾਪੋ ਦਾ ਨਾਮ ਰੋਸ਼ਨ ਕਰਨਾ ਚਾਹੀਏ ਠੀਕ ਹੈ ਸਿਮਾ ਜੀ ਜ਼ਿਆਦਾਤਰ ਹਮਾਰੇ ਦੇਸ਼ ਦਾ ਨਾਮ ਬਿਲਕੁਲ ਠੀਕ ਹੈ ਓਕੇ ਜੀ ਥੈਂਕ ਯੂ ਸੋ ਜੀ ਓਵਰਆਲ ਜੀ ਗੱਲ ਕਰੀਏ ਤਾਂ ਕਮਲਾ ਲੋਟੀਆ ਸਤਨ ਧਰਮ ਕਾਲਜ ਵਿੱਚ ਜਿਹੜੀ ਇਹ ਰੀਯੂਨੀਅਨ ਹੋਈ ਹੈ ਐਲੂਮਨੀ ਮੀਟ ਹੋਈ ਹੈ ਚੌਥੀ ਬਹੁਤ ਪਿਆਰੀ ਹੋ ਕੇ ਨਿਭੜੀ ਹੈ ਕਈ ਪੁਰਾਣੇ 5 10 15 20 ਸਾਲ ਪੁਰਾਣੇ ਜਿਹੜੇ ਪਾਸ ਆਊਟ ਸੀਗੇ ਉਹ ਵੀ ਦੂਜੇ ਨੂੰ ਮਿਲੇ ਆ ਕਨੈਕਸ਼ਨਸ ਬਿਲਟ ਹੋਏ ਆ ਜੀ ਹਾਂ ਤਾਂ ਹੀ ਇਹਦਾ ਲੋਗੋ ਰਿਹਾ ਹੈ ਕਨੈਕਸ਼ਨਸ 2000 ਤੇ ਹੀ ਤੇ ਪੁਰਾਣੇ ਐਲੂਮਨੀਸ ਨੇ ਇੱਕ ਦੂਜੇ ਨੂੰ ਮਿਲ ਕੇ ਕਨੈਕਸ਼ਨ ਬਿਲਟ ਅਪ ਕੀਤੇ ਆ ਤੇ ਹੋਣੇ ਵੀ ਚਾਹੀਦੇ ਆ ਨਾਲ ਦੇ ਨਾਲ ਕਿਸੇ ਕੋਲੇ ਦੇ ਪੁਰਾਣੇ ਵਿਦਿਆਰਥੀਆਂ ਵਾਸਤੇ ਇਕੱਠੇ ਹੋਣਾ ਯਾਦਾਂ ਪੁਰਾਣੀਆਂ ਨੂੰ ਤਾਜ਼ਾ ਕਰਨਾ ਇੱਕ ਬਹੁਤ ਹੀ ਪਿਆਰਾ ਐਕਸਪੀਰੀਅੰਸ ਬਣ ਜਾਂਦਾ ਹੈ ਕੈਮਰਾਮੈਨ ਮਨੋਜ ਦੇ ਨਾਲ ਨਫਪ੍ਰੀਤ ਸਿੰਘ ਬੇਦੀ ਲੁਧਿਆਣਾ ਲਾਈਵ ਨਿਊਜ਼